ਸਤੰਬਰ 2023 ਵਿੱਚ 18,88,000 ਤੋਂ ਵੱਧ ਨਵੇਂ ਕਾਮਿਆਂ ਨੇ ESI ਸਕੀਮ ਧੀਨ ਨਾਮ ਦਰਜ ਕਰਵਾਏ ਨੇ 25 ਸਾਲ ਦੀ ਉਮਰ ਤੱਕ ਦੇ 9 ਲੱਖ ਤੋਂ ਵੱਧ ਨੌਜਵਾਨ ਕਰਮਚਾਰੀ ਜ਼ਿਆਦਾਤਰ ਨਵੀਆਂ ਭਰਤੀਆਂ ਨੇ ਪੇ ਰੋਲ ਡਾਟਾ ਦਾ ਲਿੰਗ ਆਧਾਰਿਤ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਸਤੰਬਰ ਵਿੱਚ ਮਹਿਲਾ ਮੈਂਬਰਾਂ ਦੀ ਕੁੱਲ ਨਮਾੰਕਨ 3.5 ਲੱਖ ਹੈ ਅੰਕੜੇ ਦਰਸਾਉਂਦੇ ਨੇ ਕਿ ਸਤੰਬਰ ਵਿੱਚ 61 트랜ਸ ਜੈਂਡਰ ਕਰਮਚਾਰੀ ਵੀ ESI ਸਕੀਮ ਤਹਿਤ ਰਜਿਸਟਰਡ ਹੋਏ ਨੇ ਮਹੀਨੇ ਵਿੱਚ ਲਗਭਗ 22,544 ਨਵੇਂ ادارے ESI तहत रजिस्टर होए ने